ਮੈਨੂੰ ਵੀ ਬਾਅਦ 'ਚ ਪਤਾ ਲੱਗਾ, ਮੈਨੂੰ ਇਹ ਵੀ ਪਤਾ ਲੱਗਾ ਕਿ ਉਹਨਾਂ ਨੇ ਕਿਹਾ ਕਿ ਅਸੀਂ ਬੈਨ ਕਰਾ ਦਿੱਤੀ ਆ। ਪਤਾ ਨਹੀਂ ਜੇ ਮੈਨੂੰ ਲੱਗਦਾ ਰੱਬ ਦੀ ਮਿਹਰ ਹੈ ਜੇ ਉਹਨਾਂ ਨੂੰ ਲੱਗਦਾ ਵੀ ਸਾਡੀ ਇੰਨੀ ਚੱਲਦੀ ਆ ਵੀ ਅਸੀਂ ਸੈਂਸਰ ਬੋਰਡ 'ਚ ਵੀ ਕਾਲ ਕਰਕੇ ਬਣਵਾ ਸਕਦੇ, ਪਰ ਇਹ ਬੱਚਿਆਂ ਦਾ ਖੇਡ ਨਹੀਂ ਹੈ, ਇਹ ਕੋਈ ਬੱਚੇ ਥੋੜ੍ਹੇ ਖੇਡ ਲਏ। ਮੈਂ ਬਰੰਟੇ ਆਪਣੀ ਜੇਬ 'ਚ ਪਾਲੇ ਆ, ਮੈਂ ਗੀਟੇ ਆਪਣੀ ਜੇਬ 'ਚ ਪਾਲੇ ਆ, ਉਹ ਤਾਂ ਐਕਸਪੀਰੀਅੰਸ ਬੰਦੇ ਨੇ, ਪਤਾ ਨਹੀਂ ਕਿਉਂ ਇੱਦਾਂ ਦੀ ਬਲੇਮ ਕਰ ਰਹੇ। ਮੇ ਬੀ ਸ਼ਾਇਦ ਉਹਨਾਂ ਦਾ ਸਟਾਈਲ ਹੋਊਗਾ, ਹਰ ਇੱਕ ਬੰਦੇ ਨੂੰ ਇੱਕ ਪਬਲਿਸਿਟੀ ਚਾਹੀਦੀ ਹੁੰਦੀ ਹਰ ਇੱਕ ਕਿਸੇ ਵੀ ਤਰ੍ਹਾਂ। ਮੇ ਬੀ ਇੱਦਾਂ ਦਾ ਕੋਈ ਚੱਕਰ ਹੋਵੇ, ਪਰ ਮੈਨੂੰ ਲੱਗਦਾ ਨਹੀਂ ਕੁਝ, ਪਤਾ ਨਹੀਂ, ਆਈ ਡੋਂਟ ਨੋ, ਇਹ ਉਹਨਾਂ ਦਾ ਪੁਆਇੰਟ ਆਫ ਵਿਊ ਆ। ਅਤੇ ਉਹਨਾਂ ਦਾ ਕੋਈ ਸੀਗੇ ਵਿੱਚ ਕੱਟ ਕੁੱਟ ਲੱਗੇ, ਮੇ ਬੀ ਟੀਮ ਰੈਡੀ ਨਹੀਂ ਉਹਨੂੰ ਠੀਕ ਕਰਨ ਵਾਸਤੇ, ਹਰ ਸਾਰੀ ਫਿਲਮਾਂ 'ਚ ਲੱਗਦੇ ਆ। ਪਰ ਜਿਹੜੀਆਂ ਟੀਮਾਂ ਸਟਰੋਂਗ ਹੁੰਦੀਆਂ ਉਹ ਆਪਣੇ ਕਰਕੇ ਨਵੀਂ ਡੀਵੀਡੀਆਂ ਸਬਮਿਟ ਕਰਾ ਕੇ ਕਰ ਲੈਂਦੇ ਆ। ਨਹੀਂ ਬਣੇ ਹੁਣ ਕਿ ਮੈਂ ਲੱਗਦਾ ਹੁਣ ਹੋ ਜੂਗਾ, ਉਹ ਤਾਂ ਮਸਲਾ ਨਹੀਂ, ਮੈਨੂੰ ਲੱਗਦਾ ਉਹਨਾਂ ਦਾ ਸ਼ਾਇਦ ਜੇ ਜਦੋਂ ਉਹਨਾਂ ਵਾਕਿਆ ਫਿਲਮ ਕਰਨੀ ਹੋਈ ਤਾਂ ਫਿਰ ਤਾਂ ਹੋ ਜੂਗੀ, ਪਰ ਮੈਨੂੰ ਲੱਗਦਾ ਕਿ ਜਿਹੜਾ ਸਾਡੇ 'ਤੇ ਬਲੇਮ ਕੀਤਾ ਗਿਆ ਉਹ ਤਾਂ ਸਾਨੂੰ ਵੀ ਨਹੀਂ ਸਮਝ ਲੱਗੀ ਕਿਉਂ ਕੀਤਾ, ਬਟ ਠੀਕ ਹੈ, ਉਹਨਾਂ ਦੀ ਵਿਸ਼ੇ ਆਪਾਂ ਕੀ ਕਰ ਸਕਦੇ ਹਾਂ। ਨਹੀਂ ਦੇਖੋ, ਇੰਡਸਟਰੀ ਇਕੱਠੀ ਆ, ਇੰਡਸਟਰੀ ਵੱਖਣੀ ਆ। ਉਹ ਸਿਰਫ ਇਹ ਹੈ ਕਿ ਜਦੋਂ ਇੰਡੀਵਿਜੁਅਲੀ ਚੀਜ਼ਾਂ ਹੁੰਦੀਆਂ ਨਾ, ਉਦੋਂ ਆਪਣੇ ਆਪਣੇ ਹਿਸਾਬ ਨਾਲ ਆਪਾਂ ਮੈਨੇਜ ਕਰ ਲੈਂਦੇ ਹਾਂ, ਇੰਡਸਟਰੀ ਕੋਈ ਵੱਖਰੀ ਨਹੀਂ ਹੈ, ਇੰਡਸਟਰੀ ਸਾਰੀ ਇਕੱਠੀ ਆ। ਪਰ ਇਹ ਹੈ ਕਿ ਚਲੋ ਹਰ ਇੱਕ ਬੰਦਾ ਆਪਣੇ ਹਿਸਾਬ ਨਾਲ ਉਹ ਚੀਜ਼ਾਂ ਨੂੰ ਮੈਨੇਜ ਕਰਦਾ ਵਾ। ਜਿਵੇਂ ਸਾਡੀ ਫਿਲਮ ਲੱਗੀ ਹੈ, ਅਸੀਂ ਪਬਲਿਸਿਟੀ ਕਰਨ ਵਾਸਤੇ ਉਸ ਦਾ ਹੋਰਡਿੰਗ ਲਾ ਲਈਏ, ਉਸ ਦਾ ਟੀਵੀ 'ਤੇ ਚਲਾ ਲਈਏ, ਉਸ ਦਾ ਸੋਸ਼ਲ ਮੀਡੀਆ ਕਰ ਲਈਏ, ਹੋ ਸਕਦਾ ਅਸੀਂ ਆਪਣੇ ਉਹਦੇ ਕੋਈ ਗੱਡੀਆਂ ਚਲਾ ਕੇ ਬਾਹਰ ਕਰ ਲਈਏ। ਆਪਣਾ ਆਪਣਾ ਸਟਾਈਲ ਹੈ ਨਾ, ਹਰ ਇੱਕ ਬੰਦੇ ਦਾ ਆਪਣਾ ਆਪਣਾ ਸਟਾਈਲ ਹੈ। ਉਸ ਕਰਕੇ ਮੈਨੂੰ ਲੱਗਦਾ ਉਹਨਾਂ ਨੇ ਕਰ ਲਿਆ ਹੋਊਗਾ, ਇੰਡਸਟਰੀ ਦਾ ਤਾਂ ਕੋਈ ਮਸਲਾ ਨਹੀਂ, ਇੰਡਸਟਰੀ ਸਾਰੀ ਇਕੱਠੀ ਆ। ਉਹ ਅਚਾਨਕ ਚੀਜ਼ਾਂ ਨਿਕਲ ਕੇ ਬਾਹਰ ਆ ਜਾਂਦੀਆਂ।